ਸਤਿ ਸ਼੍ਰੀ ਅਕਾਲ ਜੀ, ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕਰਾਏ ਸੀ ਦੰਦਰਾਲੀ ਖਰੋੜ, ਜਿਹੜਾ ਮਾਤਾ ਹਿੰਗਲਾਂਸ ਦਾ ਮੰਦਰ ਆ, 400-500 ਸਾਲ ਪੁਰਾਣਾ। ਉਸਦੇ ਦਰਸ਼ਨ 'ਤੇ ਅੱਜ ਹੁਣ ਆਪਾਂ ਖੜ੍ਹੇ ਹਾਂ, ਦੰਦਰਾਲੀ ਖਰੋੜੇ ਖੜ੍ਹੇ ਹਾਂ। ਇੱਥੇ ਇੱਕ ਸ਼ਿਵ ਮੰਦਰ ਹੈ ਜੀ, ਉਹ ਲਗਭਗ 500 ਸਾਲ ਦੇ ਕਰੀਬ ਪੁਰਾਣਾ ਮੰਦਰ ਹੈ ਅਤੇ ਕਿਹਾ ਜਾਂਦਾ ਕਿ ਇੱਥੇ ਇੱਕ ਚਮਤਕਾਰੀ ਬੋਤਲ ਹੈ ਮੰਦਰ ਦੇ ਵਿੱਚ, ਅਤੇ ਉਹ ਜ਼ੋਰ ਲਾ ਲਿਆ, ਕਹਿੰਦੇ ਵੀ ਉਹ ਭਰਦੀ ਉਹ ਨਹੀਂ ਹੈਗੀ, ਅਤੇ ਉਹ ਦਿਖਾਵਾਂਗੇ ਅਤੇ ਮੰਦਰ ਦੇ ਦਰਸ਼ਨ ਕਰਵਾਵਾਂਗੇ। ਅਤੇ ਬਾਕੀ ਹੋਰ ਉੱਥੇ ਜਿਹੜੇ ਵੀ ਪ੍ਰਬੰਧਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਕੀ ਕਹਿੰਦੇ ਨੇ। ਅਤੇ ਆਜੋ ਜੀ ਚੱਲਦੇ ਹਾਂ। ਜੇ ਇਸ ਸਥਾਨ ਦੀ ਗੱਲ ਕਰੀਏ, ਲੋਕੇਸ਼ਨ ਦੀ ਗੱਲ ਕਰੀਏ, ਆਪਾਂ ਖੜ੍ਹੇ ਹਾਂ ਨੰਦਰਾਲਾ ਖਰੋੜ ਤੋਂ, ਰੋਡ ਜਾਂਦਾ ਜੀ 20 ਫੁੱਟ, ਇਹ ਜਾਂਦਾ ਚਲੈਲਾ ਨੂੰ, ਅਤੇ ਉੱਧਰ ਹੈਗਾ ਜੀ ਰੋੜੇਆਲਾ, ਅਤੇ ਉਹ ਵੀ ਕਾਫੀ ਮਸ਼ਹੂਰ ਜਗ੍ਹਾ, ਬਾਬਾ ਵੀਰ ਰਾਮਦਾਸ ਜੀ ਦੀ ਯਾਦ ਬਣੀ ਹੋਈ ਆ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਉਹਨਾਂ ਦੀ ਯਾਦ ਦੇ ਵਿੱਚ। ਅਤੇ ਬਾਹਰਲਾ ਵਿਊ ਦਿਖਾਉਂਦੇ ਹਾਂ, ਆਪਾਂ ਖੜ੍ਹੇ ਹਾਂ ਮੰਦਰ ਦੇ ਬਿਲਕੁਲ ਬਾਹਰਲੇ ਪਾਸੇ, ਅਤੇ ਇੱਥੇ ਗੇਟ ਬਣਿਆ ਹੋਇਆ, ਅਤੇ ਮੰਦਰ ਹੈਗਾ ਸੜਕ ਤੋਂ ਥੋੜ੍ਹਾ ਜਿਹਾ ਪਿੱਛੇ ਹਟ ਕੇ। ਸ਼ਿਵ ਮਹਾਰਾਜ ਜੀ ਦਾ ਮੰਦਰ ਹੈ, ਅਤੇ ਅੰਦਰ ਇੱਕ ਇਹ ਵੀ ਸੁਣਿਆ, ਪਿੰਡ 'ਚ ਜਾ ਕੇ ਆਇਆ ਮੈਂ ਦੰਦਰਾਲੀ ਖਰੋੜ ਪਿੰਡ ਦੇ ਵਿੱਚ, ਉੱਥੇ ਦੇ ਲੋਕਾਂ ਦਾ ਕਹਿਣਾ ਕਿ ਇੱਥੇ ਇੱਕ ਬੋਤਲ ਆ, ਬੋਤਲ ਮਤਲਬ ਵੀ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਉਹ ਭਰਦੀ ਨਹੀਂ ਹੈਗੀ। ਅਤੇ ਆਪਾਂ ਵੀ ਉਹ ਬੋਤਲ ਦੇ ਦਿਖਾਵਾਂਗੇ ਤੁਹਾਨੂੰ ਅਤੇ ਦਰਸ਼ਨ ਕਰਾਵਾਂਗੇ। ਅਤੇ ਆਜੋ ਜੀ, ਸਭ ਤੋਂ ਪਹਿਲਾਂ ਚੱਲਦੇ ਅੰਦਰ ਮੰਦਰ ਦੇ, ਕਰਵਾਉਣੇ ਆ ਦਰਸ਼ਨ। ਅਤੇ ਬਾਕੀ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਆਜੋ ਜੀ ਚੱਲੀਏ। ਅਤੇ ਆਹ ਹੈਗਾ ਜੀ, ਇੱਧਰ ਹੈਗਾ ਜੀ ਦੰਦਰਾਲਾ ਖਰੋੜ ਪਿੰਡ, 1 ਕਿਲੋਮੀਟਰ ਦੇ ਕਰੀਬ ਹੈ। ਅਤੇ ਇੱਧਰ ਹੈਗਾ ਜੀ ਚਲੈਲਾ, ਅਤੇ ਆਹ ਲਿਖਿਆ ਵੀ ਹੋਇਆ ਜੀ, ਤੁਸੀਂ ਵੀ ਪੜ੍ਹ ਸਕਦੇ ਹੋ ਸ਼ਿਵ ਮੰਦਰ। ਅਤੇ ਆਹ ਮੇਨ ਗੇਟ ਬਣਿਆ ਹੋਇਆ ਜੀ ਮੰਦਰ ਦਾ, ਅਤੇ ਹੁਣ ਚੱਲ ਕੇ ਅੰਦਰ ਕਰਵਾਉਂਦੇ ਆ ਦਰਸ਼ਨ, ਅਤੇ ਆਜੋ ਜੀ ਚੱਲੀਏ। ਅਤੇ ਕਿਹਾ ਜਾਂਦਾ ਕਿ ਅੰਦਰ ਇੱਕ ਬੋਤਲ ਆ, ਛੋਟੀ ਜਿਹੀ ਬੋਤਲ ਆ, ਕਹਿੰਦੇ ਉਹ ਪਾਣੀ ਦੀ ਨਹੀਂ ਭਰਦੀ ਹੈਗੀ। ਹੁਣ ਪਤਾ ਨਹੀਂ ਵੀ ਕੁਦਰਤੀ ਆ ਜਾਂ ਕੀ ਆ, ਵੀ ਮਤਲਬ ਕੋਈ ਕੌਤਕ ਆ ਜਾਂ ਕੀ ਆ, ਬਾਕੀ ਚੱਲ ਕੇ ਅੰਦਰ ਗੱਲਬਾਤ ਕਰਦੇ ਹਾਂ। ਆਜੋ ਜੀ ਚੱਲੀਏ। ਲਓ ਜੀ, ਆਪਾਂ ਪਹੁੰਚ ਚੁੱਕੇ ਹਾਂ ਮੰਦਰ, ਅਤੇ ਚੱਲ ਕੇ ਕਰਵਾਉਣੇ ਹਾਂ ਦਰਸ਼ਨ, ਅਤੇ ਬਾਕੀ ਉਹ ਬੋਤਲ ਵੀ ਦਿਖਾਵਾਂਗੇ ਜਿਹੜੀ ਭਰਦੀ ਨਹੀਂ ਹੈਗੀ ਪਾਣੀ ਦੀ, ਬਾਕੀ ਇੱਥੋਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਲਵਾਂਗੇ। ਸੰਗਤ ਜੀ, ਇਹ ਲਗਭਗ ਦੁਆਪਰ ਯੁੱਗ ਲਾ ਲਓ ਵੀ ਮਤਲਬ 550-600 ਸਾਲ, ਬਾਬਾ ਜੀ ਕਹਿੰਦੇ ਸੀ ਵੀ 550-600 ਸਾਲ ਪੁਰਾਤਨ ਮੰਦਰ ਆ। ਬਾਕੀ ਚੱਲ ਕੇ ਅੰਦਰ ਗੱਲਬਾਤ ਕਰਾਉਂਦੇ ਹਾਂ, ਆਜੋ ਜੀ ਚੱਲੀਏ ਕਰਾਉਂਦੇ ਹਾਂ ਦਰਸ਼ਨ ਚੱਲ ਕੇ। ਅਤੇ ਇਹ ਹੈਗਾ ਜੀ ਉਰੇ ਦਾ ਸਰੋਵਰ, ਅਤੇ ਇਸ਼ਨਾਨ ਕਰਨ ਲਈ, ਅਤੇ ਇੱਥੇ ਇਤਿਹਾਸ ਤਾਂ ਕਿਤੇ ਲਿਖਿਆ ਨਹੀਂ ਹੋਇਆ। ਬਾਕੀ ਚੱਲ ਕੇ ਦੇਖਦੇ ਹਾਂ ਅੰਦਰ ਵੀ ਕਿੱਦਾਂ ਦਾ ਵਿਊ ਆ। 550 ਸਾਲ ਪੁਰਾਤਨ ਮੰਦਰ ਹੈ ਜੀ ਆਪਣੇ ਪੰਜਾਬ ਦੇ ਵਿੱਚ, ਅਤੇ ਉਹ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ। ਅਤੇ ਆਜੋ ਜੀ ਕਰਾਉਂਦੇ ਸਭ ਤੋਂ ਪਹਿਲਾਂ ਦਰਸ਼ਨ। ਇੱਕ ਇਹ ਮੰਦਰ ਹੈ ਜੀ, ਇੱਕ ਬੜਾ ਮੰਦਰ ਆ, ਅਤੇ ਗਿਆ ਜੀ ਮੇਨ ਮੰਦਰ, ਅਤੇ ਚੱਲਦੇ ਅੰਦਰ ਜੀ। ਇੱਧਰ ਕਹਿੰਦੇ ਉਹ ਬੋਤਲ ਪਈ ਆ ਜਿਹੜੀ ਕਦੇ ਵੀ ਭਰਦੀ ਨਹੀਂ, ਅਤੇ ਆਜੋ ਜੀ ਕਰਵਾਉਂਦੇ ਹਾਂ ਦਰਸ਼ਨ।
ਤੇ ਇਹ ਹੈ ਜੀ ਉਹ ਬੋਤਲ ਜਿਹੜੀ ਰਸਮੀ ਬੋਤਲ ਆ, ਤੇ ਇਹਦੇ ਵਿੱਚ ਸੰਗਤ ਆਉਂਦੀ ਆ ਤੇ ਜਲ ਪਾ ਕੇ ਜਾਂਦੀ ਆ, ਤੇ ਕਦੇ ਵੀ ਅੱਜ ਤੱਕ ਭਰੀ ਨਹੀਂ ਹੈਗੀ ਕਹਿੰਦੇ। ਬਹੁਤ ਕੋਸ਼ਿਸ਼ਾਂ ਕਰ ਲਈਆਂ, ਤੇ ਕਿਹਾ ਜਾਂਦਾ ਕਿ ਜਿਸ ਦਿਨ ਇਹ ਭਰੂਗੀ ਉਸ ਦਿਨ ਪਟਿਆਲਾ ਪਾਣੀ ਨਾਲ ਡੁੱਬੂਗਾ। ਤੇ ਇੱਥੋਂ ਦੇ ਲਓ ਜੀ, ਇਹ ਸੀ ਜੀ ਉਹ ਪਾਈਪ ਨੁਮਾ ਬੋਤਲ ਬਣੀ ਹੋਈ ਆ ਇੱਕ, ਅਤੇ ਉਹ ਕਹਿੰਦੇ ਵੀ ਪਾਣੀ ਸੰਗਤ ਆਉਂਦੀ ਆ ਬਹੁਤ ਜ਼ਿਆਦਾ ਪਾਣੀ ਪਾ ਕੇ ਚਲੀ ਜਾਂਦੀ ਆ, ਅਤੇ ਸਿੱਧਾ ਕਹਿੰਦੇ ਸਮਰਸੀਬਲ ਵੀ ਉਹਦੇ ਵਿੱਚ ਲਾ ਕੇ ਦੇਖ ਲਿਆ, ਅਤੇ ਕਦੇ ਵੀ ਅੱਜ ਤੱਕ ਭਰੀ ਨਹੀਂ ਹੈਗੀ ਉਹ। ਅਤੇ ਇਸ ਸਥਾਨ 'ਤੇ ਜੋ ਪਹਿਲਾਂ ਸੰਤ ਮਹਾਂਪੁਰਸ਼ ਸੀ ਉਹਨਾਂ ਦੇ ਬਾਗ ਹੋਏ ਹੋਏ ਨੇ ਕਹਿੰਦੇ, ਵੀ ਜਿਸ ਦਿਨ ਉਹ ਭਰੀ ਤਾਂ ਉਸ ਦਿਨ ਪਟਿਆਲਾ ਪਾਣੀ ਦੇ ਨਾਲ ਡੁੱਬੂਗਾ। ਆਪਾਂ ਵੀ ਆਮ ਵੀ ਸੁਣ ਲੈਂਦੇ ਹਾਂ ਪਟਿਆਲੇ ਜ਼ਿਲ੍ਹੇ ਦੇ ਲੋਕ ਵੀ, ਜਿੱਦਣ ਪਟਿਆਲਾ ਡੁੱਬੂਗਾ ਪਾਣੀ ਨਾਲ ਡੁੱਬੂਗਾ। ਇਹ ਆ ਜੀ ਇੱਥੋਂ ਦਾ ਰਹੱਸ, ਅਤੇ ਬਾਕੀ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਸੀ, ਉਹ ਵੀ ਇਹੀ ਗੱਲ ਦੱਸ ਰਹੇ ਨੇ ਸਾਰੀ। ਅਤੇ ਬਾਕੀ ਤੁਹਾਨੂੰ ਇਹ ਕਿਰਾਏ ਨੇ ਜੀ, ਜੇ ਤੁਸੀਂ ਵੀ ਇਸ ਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ, ਘੱਟੋ ਘੱਟ ਮਤਲਬ ਇਹ ਕਨਫਰਮ ਨਹੀਂ ਹੈਗਾ, 500 ਸਾਲ ਪਲੱਸ ਹੀ ਇਹ ਮੰਦਰ ਪੁਰਾਤਨ ਮੰਦਰ ਆ, ਅਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੌਜੂਦ ਹੈ ਜੀ, ਅਤੇ ਪਿੰਡ ਹੈਗਾ ਦੰਦਰਾਲਾ ਖਰੌੜ। ਅਤੇ ਇਸ ਸਥਾਨ 'ਤੇ ਮਤਲਬ ਦੋ ਮੰਦਰ ਨੇ, ਇੱਕ ਪਿਛਲੀ ਵੀਡੀਓ ਦੇ ਵਿੱਚ ਮੰਦਰ ਦਿਖਾਇਆ ਸੀ, ਉਹ ਵੀ 400 ਤੋਂ 500 ਸਾਲ ਦੇ ਕਰੀਬ ਪੁਰਾਣਾ ਮੰਦਰ ਆ, ਮਾਤਾ ਹਿੰਗਲਾਜ ਜੀ ਦਾ। ਅਤੇ ਜਿਹੜਾ ਇਹ ਸ਼ਿਵ ਮੰਦਰ ਆ ਜਿਸ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ, ਇਹ ਵੀ 400-500 ਸਾਲ ਦੇ ਕਰੀਬ, ਮਤਲਬ ਕਨਫਰਮ ਨਹੀਂ ਹੈਗਾ ਪਰ ਇਹ ਸੱਚਾਈ ਆ ਵੀ 400-500 ਸਾਲ ਪੁਰਾਤਨ। ਇਹ ਸਾਰੇ ਹਿਸਟਰੀਕਲ ਮੰਦਰ ਨੇ ਅਤੇ ਆਪਣੇ ਪੰਜਾਬ ਪਟਿਆਲੇ ਜ਼ਿਲ੍ਹੇ ਦੇ ਵਿੱਚ। ਅਤੇ ਇਹ ਸੀ ਜੀ ਅੱਜ ਦੀ ਵੀਡੀਓ, ਅਤੇ ਅੱਗੇ ਬਾਕੀ ਇੱਥੋਂ ਦੇ ਲੋਕਾਂ ਨਾਲ ਕਰਾਉਂਦੇ ਹਾਂ ਗੱਲਬਾਤ। ਹਾਂਜੀ, ਆਪਣੇ ਨਾਲ ਦੇ ਨਾਲ ਨੇ ਇੱਥੋਂ ਦੇ ਬਜ਼ੁਰਗ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਹਾਂ, ਮਿਹਰਬਾਨੀ। ਕਿਹੜਾ ਪਿੰਡ ਆ ਜੀ ਆਪਣਾ? ਦੰਦਰਾਲਾ ਖਰੌੜ। ਅੱਛਾ ਜੀ, ਹਾਂਜੀ। ਇਹ ਮੰਦਰ ਬਾਰੇ? 550 ਸਾਲ। 550 ਸਾਲ ਪੁਰਾਣਾ ਮੰਦਰ? ਹਾਂਜੀ ਹਾਂਜੀ, ਪੁਰਾਣਾ ਮੰਦਰ। ਇੱਥੇ ਲਿਖਿਆ ਹੋਇਆ ਜੀ ਇਤਿਹਾਸ 'ਚ ਵੀ ਦੁਆਪਰ ਯੁੱਗ ਦਾ ਬਣਿਆ ਹੋਇਆ ਮੰਦਰ। ਹਾਂ ਜੀ, ਜਿਹੜੇ ਬੰਦਿਆਂ ਨੇ 500-500 ਰੁਪਏ ਦਿੱਤੇ ਉਹਨਾਂ ਨੇ ਨਾਂ ਲਿਖੇ ਵੀ ਨੇ। ਅੱਛਾ ਜੀ, ਉਸ ਟਾਈਮ ਦਿੱਤਾ ਸੀ? ਉਸ ਟਾਈਮ ਦੇ ਰੁਪਈਏ ਮੈਂ ਵੀ ਦਿੱਤਾ ਸੀ, ਫਿਰ ਮੈਂ ਕਿਹਾ ਮੇਰੇ ਨਾਂ ਨਾਲ ਲਿਖਿਓ। ਅੱਛਾ ਜੀ, ਠੀਕ ਹੈ ਜੀ, ਉਹੀ ਠੀਕ ਹੈ ਮਾ ਜੀ। ਇਤਿਹਾਸ ਕੀ ਹੈ ਜੀ ਇਸ ਮੰਦਰ ਦਾ? ਇਤਿਹਾਸ ਦਾ ਜੀ ਇੰਨਾ ਮੈਨੂੰ ਵੀ ਨਹੀਂ ਪਤਾ ਹੈਗਾ, ਘੱਟ ਪਤਾ। ਹਾਂਜੀ, ਘੱਟ ਪਤਾ ਜੀ। ਮਤਲਬ ਛੋਟੇ ਹੁੰਦਿਆਂ ਤੋਂ ਹੀ ਤੁਸੀਂ? ਹਾਂ ਜੀ, ਕਬਰਾਂ ਜੀ ਕਰਦਾ 550 ਸਾਲ ਦਾ ਲਾਲਾ ਸਾਹਿਬ। ਅੱਛਾ ਜੀ, ਅੱਛਾ, ਠੀਕ ਹੈ ਜੀ, ਚਲੋ ਧੰਨਵਾਦ ਜੀ। ਹਾਂ, ਕੋਈ ਨਹੀਂ ਕੋਈ ਨਹੀਂ। ਫਿਰ ਤਾਂ ਜੀ ਹੁਣ ਇੱਥੋਂ ਦੇਖ ਲਿਆ ਪੌਕ ਲੈ ਕੇ ਜਾਣ, ਤੁਹਾਡੇ ਕਿਹੜਾ ਸ਼ਹਿਰ ਹੈ ਜੀ ਆਪਣਾ? ਆਪਣਾ ਪਟਿਆਲਾ ਜ਼ਿਲ੍ਹਾ ਜੀ। ਠੀਕ ਹੈ, ਹਾਂ ਜੀ, ਚਲੋ, ਬੜਾ ਧੰਨਵਾਦ। ਠੀਕ ਹੈ ਜੀ, ਫੌਜੀਆਂ ਵਾਲੀ ਕਿਹੜੀ ਗੱਲ ਕਹਿੰਦੇ ਸੀ ਜੀ, ਉਹ ਦੱਸੋ। ਉਹ ਜੀ ਫਿਰ ਇੱਥੇ ਆ ਕੇ ਬੈਠੇ ਰਹੇ। ਅੱਛਾ ਜੀ, ਫੌਜੀ? ਹਾਂ ਜੀ, ਫੌਜੀ ਬੈਠੇ ਰਹੇ। ਮੈਂ ਜਾ ਰਿਹਾ, ਮੈਂ ਬੈਠੇ, ਚੱਲ ਪਾਣੀ ਪੂਣੀ ਪੁੱਜਿਆ ਮੈਂ ਜੀ, ਪਾਣੀ ਕਹਿੰਦੇ ਹੈਗਾ ਸਾਡੇ ਕੋਲ ਸਾਰਾ ਜੰਗਲ ਹੈਗਾ। ਇਹ ਮੈਂ ਪੁੱਛਿਆ ਜੀ ਇਹਨਾਂ ਨੂੰ, ਹਾਂਜੀ, ਵੀ ਕਹਿੰਦੇ ਮੰਦਰ ਮਾ ਜੀ ਕਿੰਨਾ ਚਿਰਦਾ? ਉਹਨਾਂ ਨੇ ਜੇ ਸਾਰਾ ਡੇਟ ਖੋਲਿਆ, ਕੱਪੜੇ ਕੁਪੜੇ ਜਿਹੜੇ ਨਕਸ਼ਾ ਸੀ, ਜਿੰਨਾ ਨਕਸ਼ਾ ਸੀ ਸਾਰਾ ਖੋਲ ਕੇ ਦੱਸਿਆ। ਕਹਿੰਦੇ ਜੀ ਲਾਂਗਰ, ਕਹਿੰਦੇ 550 ਸਾਲ ਦਾ, ਕਹਿੰਦਾ ਅੱਜ ਹੋ ਗਿਆ, ਚੱਲ ਤੁਸੀਂ 15 ਸਾਲ ਹੋ ਗਏ। ਅੱਛਾ ਜੀ, ਹਾਂ ਜੀ, ਲਾਲਾ ਸਾਹਿਬ, ਠੀਕ। ਕਮਰਾ ਕਰਦਾ ਜੀ ਵਿੱਚ ਜਾ ਕੇ ਪਤਾ ਲੱਗਦਾ ਜੀ ਇਹਦੇ। ਅੱਛਾ ਜੀ, ਬਹੁਤ ਸੋਹਣਾ ਮੰਦਰ ਬਣਾਇਆ ਵਾ। ਠੀਕ, ਇੱਕ ਬੋਤਲ ਇਹੀ ਜੀ ਪਈ ਆ ਜੀ, ਇਹਦੇ ਵਿੱਚ ਬਣਾਈ ਵੀ ਆ ਕੁਦਰਤ ਵਾਲੇ ਦੀ। ਹਾਂਜੀ, ਉਹ ਬੋਤਲ ਪਾਣੀ ਗਰ ਭਰਦੀ ਆ, ਦੁਨੀਆ ਨੇ ਜ਼ੋਰ ਲਾ ਲਿਆ, ਪਾਣੀ ਨਾਲ ਹੀ ਭਰਦੀ। ਜਿੱਦਣ ਬੋਤਲ ਉਹ ਭਰ ਗਈ, ਉਦਣ ਪਟਿਆਲਾ ਹਟ ਜੂਗਾ। ਅੱਛਾ ਜੀ, ਵੀ ਉਹ ਜਿਵੇਂ ਆਪਾਂ ਸੁਣਦੇ ਹੁੰਦੇ ਆ ਪਟਿਆਲਾ ਪਾਣੀ ਨਾਲ ਹੜੂਗਾ, ਪਾਣੀ ਨਾ ਭਾਗ ਨਾਲ, ਬਾਕੀ ਬੋਤਲ ਨਹੀਂ ਭਰ ਰਹੀ ਉਹ। ਅੱਛਾ ਜੀ, ਅੱਛਾ ਅੱਛਾ, ਹੁਣ ਅਸੀਂ ਵੀ ਪਾਣੀ ਪਾ ਕੇ ਦੇਖ ਕੇ ਜੀ, ਆਉਂਦੇ ਨੇ ਲੋਕ? ਨਹੀਂ, ਆਉਂਦੇ ਤਾਂ ਹੈਗੇ ਜੀ, ਇਹਨੂੰ ਪਤਾ ਪਾਉਂਦੇ ਨਹੀਂ ਹੈਗੇ, ਅਗਲਾ ਕਹਿੰਦਾ ਇਹਨੇ ਕਿਹੜਾ ਭਰਨਾ ਹੈ, ਦੁਨੀਆ ਨੇ ਜ਼ੋਰ ਲਾ ਲਿਆ, ਬਾਲਟੇ ਲਾ ਲਾ। ਬੋਤਲ ਕਿੱਡੀ ਹੈ ਜੀ? ਬੋਤਲ ਜੀ ਇੰਨੀ ਕਿ ਮੰਦਰ ਦੇ ਲਵੇ ਆ ਜੀ। ਅੱਛਾ ਜੀ, ਹਾਂ ਜੀ, ਹਾਂ, ਇੰਨਾ ਹੀ, ਇੰਨਾ ਹੀ ਮੂੰਹੇ ਦਿਖਦਾ ਬਸ। ਠੀਕ ਹੈ ਜੀ, ਮੁੰਡੇ ਜੇ ਤੇਰੇ ਵਰਗੇ ਭੜੀ ਜਾ ਕੇ ਭੜੀ ਸਾਡੇ ਰਿਸ਼ਤੇਦਾਰੀ ਹੈ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਮਾਮਾ ਜੀ, ਸਤਿ ਸ਼੍ਰੀ ਅਕਾਲ, ਉੱਥੋਂ ਮੁੜੇ ਆਏ। ਹਾਂਜੀ ਹਾਂ, ਕਹਿੰਦੇ ਵੀ ਇੱਥੇ ਦੇ ਲੈ ਮਾਮਾ ਜੀ ਮੰਦਰ 'ਚ ਬੋਤਲ ਹੈ। ਹਾਂਜੀ ਹਾਂ, ਕਹਿੰਦੇ ਅਸੀਂ ਦੇਖਣੀ ਵੀ, ਮੈਂ ਦਿਖਾ ਕੇ ਲਿਆਈ। ਅੱਛਾ ਜੀ, ਅੱਛਾ, ਹਾਂਜੀ ਹਾਂ।
ਚਲੋ ਧੰਨਵਾਦ ਜੀ। ਕੋਈ ਗਲਤੀ ਬਲਤੀ ਇਹ ਸੀ ਜੀ ਮੰਦਰ ਦੀ ਹਿਸਟਰੀ ਤੇ ਇੱਕ ਚਮਤਕਾਰੀ ਬੋਤਲ ਦਿਖਾਈ ਆ ਜਿਹੜੀ ਕਦੇ ਭਰਦੀ ਹੀ ਨਹੀਂ ਤੇ ਜਿੱਦਣ ਭਰੀ ਕਹਿੰਦੇ ਪਟਿਆਲਾ ਡੁੱਬੂਗਾ। ਤੇ ਬਾਕੀ ਹੁਣ ਕਰਦੇ ਹਾਂ ਵੀਡੀਓ ਦੀ ਸਮਾਪਤੀ। ਵੀਡੀਓ ਦੀ ਸਮਾਪਤੀ ਤੋਂ ਪਹਿਲਾਂ ਲੋਕੇਸ਼ਨ ਜ਼ਰੂਰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਜੇ ਤੁਸੀਂ ਵੀ ਇਸ ਮੰਦਰ ਦੇ ਇਹਨਾਂ ਦੋ ਮੰਦਰਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਪਿੰਡ ਹੈ ਦੰਦਰਾਲਾ ਖਰੌੜ ਅਤੇ ਜ਼ਿਲ੍ਹਾ ਹੈਗਾ ਪਟਿਆਲਾ ਅਤੇ ਤੁਸੀਂ ਇੱਥੇ ਆ ਸਕਦੇ ਹੋ ਅਤੇ ਲੋਕੇਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਅਤੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਸਤਿ ਸ਼੍ਰੀ ਅਕਾਲ ਜੀ।